राम राम जी सारिया नूं स्वागत है तुहाडा अज दी वीडियो दे विच चैनल एम एंड अचीव। जिवें कि तुसीं पिछली वीडियो विच अगर देखिया होवे तां तुसीं देखिया होणा कि आपां ईटीटी 5994 दी जो साइंस है उहदा फस्ट लैक्चर लाया सीगा, जो कि 9th क्लास दा साडे कोलों 5th चैप्टर सीगा, फंडामेंटल यूनिट ऑफ लाइफ जिहनूं असीं सैल दे नाम तों वी जाणदे हां। ते उहदे असीं कुछ क्वेश्चन कीते सीगे ते नैक्सट असीं उहदे तों अगे शुरुआत करांगे। अगर वीडियो नहीं देखी तां देख सकदे हो, वीडियो तुहानूं प्लेलिस्ट विच मिल जाएगी। ते नाल ही अगर तुसीं पहली बारी विजिट कर रहे हो चैनल ते ते चैनल नूं तुसीं सबसक्राइब भी कर सकदे हो ताकि तुहानूं वीडियोज़ अगे मिलदियां रहिण। इत्थे तुहानूं साइंस दीआं वीडियोज़ मेनली मिलणगीआं जिहदे नाल तुसीं 5994 दी तैयारी कर सकदे हो ईटीटी दी, ते नाल नाल तुहानूं पंजाबी ते हिंदी दीआं वी वीडियोज़ मिल जाणगीआं चैनल दे उत्ते। ठीक है जी, शुरू करदे हां जी अज दा लैक्चर। शुरू उत्थों ही करांगे जिथों असीं छड्डिआ सी। ठीक है जी, लास्ट असीं क्वेश्चन कीता सी ये वाला कि जो सैल आ उह पाणी लऊगा ਕਿਹੜੇ ਸੋਲਿਊਸ਼ਨ ਚੋਂ, ਉਹਦੀ ਅਸੀਂ ਗੱਲ ਕੀਤੀ ਸੀ, ਉਹ ਸੀ ਜੀ ਹਾਈਪੋਟੋਨਿਕ ਸੋਲਿਊਸ਼ਨ। ਤਾਂ ਨਾ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਮੰਨ ਲਓ ਆਹ ਸੈੱਲ ਆ, ਠੀਕ ਆ, ਆਹ ਸੈੱਲ ਦੇ ਆਸ ਪਾਸ ਇੱਕ ਮੀਡੀਅਮ ਆ, ਤਾਂ ਇੱਕ ਚੀਜ਼ ਯਾਦ ਰੱਖਿਓ, ਵਾਟਰ ਹਮੇਸ਼ਾ ਜਾਂਦਾ ਆ ਹਾਈ ਕੰਸੈਂਟਰੇਸ਼ਨ ਤੋਂ ਲੋ ਵਾਲੀ, ਯਾਨੀ ਕਿ ਜਿੱਧਰ ਜ਼ਿਆਦਾ ਮਾਤਰਾ ਆ ਉੱਧਰੋਂ ਜਾਣਾ ਆ, ਜਿੱਧਰ ਮਾਤਰਾ ਘੱਟ ਆ। ਠੀਕ ਹੈ ਜੀ, ਹੁਣ ਅਗਰ ਸੈੱਲ ਦੇ ਆਸ ਪਾਸ ਪਾਣੀ ਜ਼ਿਆਦਾ ਹੋਏਗਾ ਤਾਂ ਤੇ ਸੈੱਲ ਦੇ ਵਿੱਚ ਬਾਹਰ ਦੇ ਮੁਕਾਬਲੇ ਪਾਣੀ ਘੱਟ ਹੋਏਗਾ ਤਾਂ ਸੈੱਲ ਬਾਹਰੋਂ ਦੀ ਤਾਂ ਸੈੱਲ ਦੇ ਵਿੱਚ ਜੋ ਪਾਣੀ ਹੈ ਨਾ ਬਾਹਰੋਂ ਦੀ ਅੰਦਰ ਜਾਏਗਾ, ਤਾਂ ਸੈੱਲ ਕੀ ਕਰੇਗਾ, ਫੁੱਲ ਜਾਏਗਾ, ਯਾਨੀ ਕਿ ਸਵੈਲ ਹੋਏਗਾ। ਯਾਨੀ ਏਦਾਂ ਦਾ ਸੋਲਿਊਸ਼ਨ ਜਿਹਦੇ ਵਿੱਚ ਸੈੱਲ ਦੇ ਅੰਦਰ ਪਾਣੀ ਦੀ ਮਾਤਰਾ ਘੱਟ ਆ ਲੇਕਿਨ ਸੈੱਲ ਦੇ ਬਾਹਰ ਪਾਣੀ ਦੀ ਮਾਤਰਾ ਜ਼ਿਆਦਾ, ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਟੋਨਿਕ ਸੋਲਿਊਸ਼ਨ। ਤੇ ਇਸ ਕੇਸ ਦੇ ਵਿੱਚ ਜੋ ਸੈੱਲ ਆ ਨਾ ਉਹ ਸਵੈਲ ਕਰ ਜਾਂਦਾ, ਉਹ ਪਾਣੀ ਨੂੰ ਆਪਣੇ ਅੰਦਰ ਐਬਜ਼ੋਰਬ ਕਰ ਲੈਂਦਾ, ਸੋਖ ਲੈਂਦਾ ਤੇ ਸੈੱਲ ਫੁੱਲ ਜਾਂਦਾ। ਹੁਣ ਕਰਦੇ ਹਾਂ ਜੀ ਦੂਜੀ ਗੱਲ, ਇਹਦੇ ਨਾਲ ਰਿਲੇਟਿਡ ਹੈ ਕਿ ਹੁਣ ਇੱਕ ਸਾਡੇ ਕੋਲ ਹੈਗਾ ਜੀ ਸੈੱਲ, ਠੀਕ ਆ, ਤੇ ਸੈੱਲ ਦੇ ਆਸ ਪਾਸ ਇੱਕ ਮੀਡੀਅਮ ਆ। ਹੁਣ ਮੰਨ ਲਓ ਸੈੱਲ ਦੇ ਅੰਦਰ ਪਾਣੀ ਜ਼ਿਆਦਾ ਆ ਤਾਂ ਸੈੱਲ ਦੇ ਆਸ ਪਾਸ ਪਾਣੀ ਘੱਟ ਆ, ਤੇ ਅਸੀਂ ਹੁਣੇ ਸਿੱਖਿਆ ਕਿ ਪਾਣੀ ਹਮੇਸ਼ਾ ਜ਼ਿਆਦਾ ਮਾਤਰਾ ਤੋਂ ਘੱਟ ਮਾਤਰਾ ਵੱਲ ਜਾਣਾ। ਹੁਣ ਅਗਰ ਸੈੱਲ ਦੇ ਅੰਦਰ ਪਾਣੀ ਦੀ ਮਾਤਰਾ ਜ਼ਿਆਦਾ ਤੇ ਸੈੱਲ ਦੇ ਬਾਹਰ ਪਾਣੀ ਦੀ ਮਾਤਰਾ ਘੱਟ ਆ ਤੇ ਪਾਣੀ ਸੈੱਲ ਤੋਂ ਬਾਹਰ ਜਾਏਗਾ, ਤਾਂ ਉਸ ਕੇਸ ਦੇ ਵਿੱਚ ਸੈੱਲ ਕੀ ਹੋਏਗਾ, ਸੈੱਲ ਸ਼ਰਿੰਕ ਹੋ ਜਾਏਗਾ, ਯਾਨੀ ਕਿ ਸੈੱਲ ਸੁੰਗੜ ਜਾਏਗਾ। ਤੇ ਇੱਦਾਂ ਦੇ ਕੇਸ ਦੇ ਵਿੱਚ ਇੱਦਾਂ ਦੇ ਸੋਲਿਊਸ਼ਨ ਨੂੰ ਅਸੀਂ ਕਹਿੰਦੇ ਹਾਂ ਜੀ ਹਾਈਪਰਟੋਨਿਕ ਸੋਲਿਊਸ਼ਨ। ਠੀਕ ਹੈ, ਮੈਂ ਕਿਹਾ ਸੀ ਆਪਾਂ ਅਗਲੀ ਵਾਰੀ ਗੱਲ ਕਰਾਂਗੇ। ਤਾਂ ਇਹ ਕੀ ਹੁੰਦਾ, ਹਾਈਪਰਟੋਨਿਕ ਸੋਲਿਊਸ਼ਨ, ਯਾਨੀ ਕਿ ਇਸ ਕੇਸ ਦੇ ਵਿੱਚ ਸੈੱਲ ਸੁੰਗੜ ਜਾਂਦਾ ਆ। ਠੀਕ ਆ, ਹੁਣ ਗੱਲ ਕਰਦੇ ਹਾਂ ਤੀਸਰੀ ਜੋ ਕੇਸ ਹੋ ਸਕਦਾ ਆ ਕਿ ਜਿੰਨੇ ਪਾਣੀ ਸੈੱਲ ਦੇ ਅੰਦਰ ਆ ਉਨਾ ਹੀ ਪਾਣੀ ਸੈੱਲ ਦੇ ਬਾਹਰ ਆ, ਯਾਨੀ ਜਿੰਨੀ ਮਾਤਰਾ ਸੈੱਲ ਦੇ ਅੰਦਰ ਆ ਪਾਣੀ ਦੀ ਉਨੀ ਹੀ ਮਾਤਰਾ ਸੈੱਲ ਦੇ ਬਾਹਰ ਆ। ਤੇ ਹੁਣ ਦੇਖੋ, ਨਾ ਤਾਂ ਪਾਣੀ ਅੰਦਰ ਜਾਊਗਾ ਸੈੱਲ ਦੇ, ਨਾ ਤਾਂ ਬਾਹਰ ਆਊਗਾ, ਕਿਉਂਕਿ ਹਮੇਸ਼ਾ ਮੂਵ ਕਰਦਾ ਆ ਜ਼ਿਆਦਾ ਤੋਂ ਘੱਟ ਮਾਤਰਾ ਵੱਲ। ਯਾਨੀ ਇਸ ਕੇਸ ਦੇ ਵਿੱਚ ਨੋ ਮੂਵਮੈਂਟ ਆਫ ਵਾਟਰ, ਯਾਨੀ ਕਿ ਪਾਣੀ ਦੀ ਮੂਵਮੈਂਟ ਨਹੀਂ ਹੋਣੀ। ਤਾਂ ਜਦੋਂ ਪਾਣੀ ਦੀ ਮਾਤਰਾ ਸੈੱਲ ਦੇ ਅੰਦਰ ਤੇ ਸੈੱਲ ਦੇ ਬਾਹਰ ਬਰਾਬਰ ਰਵੇ ਤਾਂ ਪਾਣੀ ਦੀ ਮੂਵਮੈਂਟ ਨਹੀਂ ਹੁੰਦੀ, ਯਾਨੀ ਕਿ ਸੈੱਲ ਨਾ ਤਾਂ ਸਵੈਲ ਕਰਦਾ, ਨਾ ਤਾਂ ਫੁੱਲਦਾ ਆ, ਤੇ ਨਾ ਹੀ ਸ਼ਰਿੰਕ ਕਰਦਾ, ਮਤਲਬ ਕਿ ਨਾ ਹੀ ਸੁੰਗੜਦਾ ਆ। ਤੇ ਇੱਦਾਂ ਦੇ ਸੋਲਿਊਸ਼ਨ ਨੂੰ ਅਸੀਂ ਕਹਿੰਦੇ ਹਾਂ ਜੀ ਆਈਸੋਟੋਨਿਕ ਸੋਲਿਊਸ਼ਨ। ਇੱਦਾਂ ਦੇ ਸੋਲਿਊਸ਼ਨ ਨੂੰ ਅਸੀਂ ਕਹਿੰਦੇ ਹਾਂ ਆਈਸੋਟੋਨਿਕ ਸੋਲਿਊਸ਼ਨ। ਹੋਪਫੁਲੀ ਇਹ ਜੋ ਟੋਪਿਕ ਹੈ ਇਹ ਕਲੀਅਰ ਹੋ ਗਿਆ ਹੋਵੇਗਾ। ਠੀਕ ਹੈ ਜੀ, ਚੱਲਦੇ ਹਾਂ ਜੀ ਨੈਕਸਟ ਵੱਲ। ਅਗਰ ਕੋਈ ਡਾਊਟ ਹੋਇਆ ਕਰੇ ਨਾ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ, ਬੇਝਿਜਕ ਪੁੱਛ ਲਿਆ ਕਰੋ। ਠੀਕ ਹੈ, ਹੋ ਸਕਦਾ ਕਈ ਵਾਰੀ ਗਲਤੀ ਹੋ ਜਾਂਦੀ ਆ, ਆਪਾਂ ਉਹ ਵੀ ਕਲੀਅਰ ਕਰ ਲਾਂਗੇ, ਤੁਸੀਂ ਕਮੈਂਟ 'ਚ ਬੇਝਿਜਕ ਪੁੱਛ ਸਕਦੇ ਆ ਜੀ। ਇਹਨੇ ਸੈਮੀ ਪਰਮੀਏਬਲ ਮੈਂਬਰੇਨ, ਅਸੀਂ ਪੜ੍ਹਿਆ ਸੀ ਕਿ ਸੈਮੀ ਪਰਮੀਏਬਲ ਨੂੰ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਵੀ ਕਹਿੰਦੇ ਆ। ਤਾਂ ਇਹਦੇ ਵਿੱਚ ਜੋ ਪਾਣੀ ਜਾਂਦਾ ਆ ਸੈੱਲ ਦੇ ਵਿੱਚ, ਕੀ ਉਹ ਸਿਰਫ ਜ਼ਿਆਦਾ ਮਾਤਰਾ ਵੱਲ ਜਾਂਦਾ ਆ? ਦੇਖੋ, ਇਹ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਹੁੰਦਾ ਤਾਂ ਜ਼ਿਆਦਾ ਤੋਂ ਘੱਟ ਵੱਲ ਹੁੰਦਾ ਆ, ਘੱਟ ਤੋਂ ਜ਼ਿਆਦਾ ਵੱਲ ਨਹੀਂ ਜਾਂਦਾ। ਠੀਕ ਆ, ਦੋਨੋਂ ਪਾਸੇ ਜਾ ਸਕਦਾ, ਸੋਲਿਊਟ ਵੱਲ ਜਾਂਦਾ, ਸੋਲਿਊਟ ਦਾ ਮਤਲਬ ਹੁੰਦਾ ਜੋ ਥੋੜੀ ਮਾਤਰਾ 'ਚ ਹੁੰਦਾ, ਜਾਂ ਕੋਈ ਵੀ ਨਹੀਂ। ਤਾਂ ਦੇਖੋ, ਆਪਾਂ ਕਿਹਾ ਸੀ ਕਿ ਸੈਮੀ ਪਰਮੀਏਬਲ ਮੈਂਬਰੇਨ ਦੇ ਵਿੱਚ ਸੈੱਲ ਦੇ ਅੰਦਰ ਬਾਹਰ ਚੀਜ਼ਾਂ ਜਾ ਸਕਦੀਆਂ, ਯਾਨੀ ਕਿ ਜਿੱਦਾਂ ਦੀ ਜਿਹੜੀ ਚੀਜ਼ ਉਹਨੂੰ ਚਾਹੀਦੀ ਆ ਉਹ ਅੰਦਰ ਵੀ ਆਪਣੇ ਅੰਦਰ ਲੈ ਸਕਦਾ ਤੇ ਉਹਨੂੰ ਬਾਹਰ ਵੀ ਭੇਜ ਸਕਦਾ। ਯਾਨੀ ਕਿ ਜੋ ਮੂਵਮੈਂਟ ਹੁੰਦੀ ਆ ਉਹ ਦੋਨੋਂ ਡਾਇਰੈਕਸ਼ਨ 'ਚ ਹੁੰਦੀ, ਯਾਨੀ ਕਿ ਬੋਥ ਡਾਇਰੈਕਸ਼ਨ 'ਚ ਹੁੰਦੀ ਆ। ਯਾਨੀ ਕਿ ਇਹਦਾ ਸਾਡੇ ਕੋਲ ਜੋ ਆਏਗਾ ਉਹ ਆਏਗਾ ਜੀ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਐਂਟਰੀ ਆਫ ਵਾਟਰ ਇੰਟੂ ਅ ਸੈੱਲ ਔਰ ਔਰਗਨ। ਜਦੋਂ ਕਿਸੇ ਸੈੱਲ ਦੇ ਅੰਦਰ ਜਾਂ ਕਿਸੇ ਔਰਗਨ ਦੇ ਅੰਦਰ ਪਾਣੀ ਜਾਂਦਾ ਆ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਜੀ ਐਂਡੋਸਮੋਸਿਸ। ਦੇਖੋ, ਐਕਸੋ ਦਾ ਮਤਲਬ ਹੁੰਦਾ ਬਾਹਰ ਕੱਢਣਾ,
ठीक है, एंडो का मतलब होंगे या अपने वाल एबजॉर्ब करना अंदर जाना। ओसमोसिस का तुम्हें दसिया कि मूवमेंट ऑफ वाटर पानी की मूवमेंट होनी ज्यादा मात्रा तो घट मात्रा वाल, उन्होंने असं एंडोसमोसिस कहने। जो अगलिया दो टर्म था एक्सोसाइटोसिस या एंडोसाइटोसिस बारे आप अगे गल करते हैं। ठीक है जी, नैक्सट क्वेश्चन हैगा वा इन अ हाइपरटोनिक सोल्यूशन। जो एक सोल्यूशन हाइपरटोनिक आ, देखो हाइपरटोनिक का मतलब की होंगे आ, तुहानू दस्या सी कि जदों सैल के अंदर पानी की मात्रा ज्यादा आ, ठीक है, तो सैल के बाहर पानी की मात्रा घट आ, यानी कि पानी की मूवमेंट होनी अंदरों बाहर, तो उस केस जो प्लांट सैल आदि की होनी है प्लाजमोलिसिस होनी है। की होनी है जी? प्लाजमोलिसिस होनी है। यह है जी ऑप्शन नंबर ए। ठीक है जी, चलते अगे। अच्छा प्लाजमोलिसिस है कि आ, क्योंकि आप दस्या कि पानी ना सैल के बाहरों अंदर जाता, सैल के अंदरों बाहर जा रहा है, है ना, सैल के अंदरों पानी बाहर जा रहा, उदे करके ना सैल श्रिंक होने लग पैंदा आ, उस प्रोसैस में असं प्लाजमोलिसिस कहने। यदि एक बेसिक जी डेफिनेशन। ठीक है जी, चलते हैं नैक्सट वाल। विच वन डज नॉट शो ओसमोसिस। इन्हों कि चीज जो है ओसमोसिस नहीं शो करेगी? देखो ना वुड ओसमोसिस शो कर दी आ, ना कॉर्क शो करता है, ना डेड सैल शो करते हैं, यानी कि इन्होंने कोई भी चीज ओसमोसिस की प्रोसैस नहीं शो करती कि जिन्होंने वॉटर की मूवमेंट होंगी अंदर या बाहर। ठीक है जी, नैक्सट क्वेश्चन। फॉर मैमब्रेन बायोसिंथेसिस विच ऑर्गेनलिज कोऑर्डिनेट। कहते मैमब्रेन बनाने के लिए, सिंथेसिस का मतलब होंगे बनाना, बायो मतलब अंदर, मतलब मैमब्रेन बनाने के लिए केड़े ऑर्गेनली कोऑर्डिनेट करते हैं, यानी केड़े जो ऑर्गेनली या सैल दे ऑर्गेनली मिलके काम करते। ध्यान रखियो आर ई आर यानी कि रफ एंडोप्लाज्मिक रेटिकुलम काम करता है, एस ई आर भी काम करता है, गोल्जी अपरेटस भी काम करता है, यानी कि सारे आपस मिलके काम करते हैं मैमब्रेन की बायोसिंथेसिस। ठीक है जी, नैक्सट क्वेश्चन। हारमोनस आर फॉर्मड बाय, ये वेरी इंपॉर्टेंट क्वेश्चन आ। हारमोनस कादे बने होंगे आ? ये प्रोटीन दे भी बने होंगे ते लिपिड दे भी बने होंगे। लिपिड की जगह पर कई बार फैट आ जाता है, लिपिड की जगह पर कई बार फैट लिखे आ जाता है, ये प्रोटीन दे भी बने आ, लिपिड दे भी बने। बहुत ध्यान रखना, वेरी इंपॉर्टेंट सवाल। अगला भी वेरी इंपॉर्टेंट, कहिंदे कई बार ना साडे शरीर च टॉक्सीफिकेशन हो जाती है। टॉक्सीफिकेशन का मतलब है कोई चीज साडे शरीर को खराब भी करती है, कोई जहर का काम करती है। टॉक्सीसिटी का मतलब होंगे कोई चीज साढ़े अंदर चल गई जो कि जहर का काम करे या साढ़े लिए खराबी पैदा करे, तो उस खराबी नू, उस टॉक्सिक नू जिहड़ी चीज खत्म करती है उन्होंने असं कहते डीटॉक्सीफिकेशन। उस प्रोसैस में कहने कि जो डीटॉक्सीफिकेशन होंगी साढ़े अंदर जो पॉइजन होंगे या ड्रग्स होंगे वो किहदे कारण होंगी है, तो याद रखियो एस ई आर ऑफ लिवर सैल्स। तुहानू याद होना आप गल की आर ई आर ते एस ई आर, असं क्या आर ई आर रफ होंगे क्योंकि उसके राइबोसोम्स प्रेजेंट होंगे, लेकिन समूथ के उत्ते राइबोसोम्स प्रेजेंट नहीं होंगे। तो याद रखियो समूथ एंडोप्लाज्मिक रेटिकुलम का काम की आ, डीटॉक्सीफाई करना आ पॉइजनस नूं ते ड्रग्स नूं जो कि इत्थे प्रेजेंट होंगे आ, लिवर सैल दे विच प्रेजेंट होंगे आ, जो कि आ काम करते हैं। ठीक है जी, नैक्सट क्वेश्चन। ब्लैक रिएक्शन ऑफ कैमिलियो गोल्जी कंसिस्टिंग ऑफ स्टेनिंग विद। कहिंदे जो कैमिलियो गोल्जी ने एक रिएक्शन की जिन्हों ब्लैक रिएक्शन कहने, उन्हें केड़ा स्टेनर यूज किया सी? तुहानू याद है कि असी पढ़िया सी कि मिथाइलिन ब्लू यूज हो सकता, सेफ्रनिन यूज हो सकता, मिथाइल ऑरेंज यूज हो सकता, लेकिन इतने जो ब्लैक रिएक्शन है उन्हें केदी मदद ना की थी सी? वो की थी सी सिल्वर नाइट्रेट की मदद दे नाल। ते सिल्वर नाइट्रेट का फॉर्मूला नोट कर लो, जो सिल्वर नाइट्रेट का फॉर्मूला है वह होंगे जी AgNO3। ए दे नाल जी छोटा, एन वड्डा, ओ वड्डा, इतने पैरा जाना थ्री। AgNO3 का फॉर्मूला कई बार ना फॉर्मूला भी दे दिता होंगे, तो आप चीज़ को ध्यान रखना बहुत ज्यादा। ठीक है जी, चलते हैं नैक्सट क्वेश्चन वाल। हाँ जी, नैक्सट क्वेश्चन है जी। ऑल ऑर्गेनिजम्स प्रोड्यूस न्यू सैल्स फॉर, कहते जिन्हें भी ऑर्गेनिजम्स आ नवे सैल बनाते हैं। क्यों बनाते हैं? ताकि ग्रोथ भी हो सके ते रिप्रोडक्शन भी हो सके, यानी अगर दोनों चीजा होनी चाहिए तो ऑप्शन है जी ऑप्शन नंबर सी। ठीक है जी, नैक्सट क्वेश्चन वाल चलते हैं। नैक्सट है जी साढ़े को, डिवीजन फॉर्मिंग टू आइडेंटिकल डॉटर सैल्स। देखो एक चीज ध्यान रखो, जेड़ा सैल मेन सैल हों, मतलब जिन्हें डिवाइड होना होंगे उन्होंने कहने पेरेंट सैल, उन्होंने कहने पेरेंट सैल, पेरेंट सैल।
ਠੀਕ ਆ, ਤੇ ਜਦੋਂ ਪੇਰੈਂਟ ਸੈੱਲ ਡਿਵਾਈਡ ਹੋ ਗਿਆ ਤੇ ਜਿਹੜੇ ਨਵੇਂ ਸੈੱਲਸ ਬਣਦੇ ਨਾ ਇਹਨੂੰ ਅਸੀਂ ਕਹਿੰਦੇ ਡੋਟਰ ਸੈੱਲ, ਸਨ ਸੈੱਲ ਨਹੀਂ ਕਹਿੰਦੇ, ਯਾਦ ਰੱਖੀ ਉਹ ਡੋਟਰ ਸੈੱਲ ਕਹਿੰਦੇ ਆ। ਠੀਕ ਆ, ਤੇ ਉਹਨੇ ਕੀ ਕਿਹਾ ਆ ਕਿ ਏਦਾਂ ਦੀ ਡਿਵੀਜ਼ਨ, ਦੇਖੋ ਜਿਹੜੀ ਸੈੱਲ ਡਿਵੀਜ਼ਨ ਹੁੰਦੀ ਨਾ ਦੋ ਤਰ੍ਹਾਂ ਦੀ ਹੁੰਦੀ ਆ, ਮੇਨਲੀ ਮੇਨਲੀ ਆਪਾਂ ਕਰੀਏ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਹੁੰਦੀ ਮਾਈਟੋਸਿਸ, ਇੱਕ ਹੁੰਦੀ ਆ ਮਿਓਸਿਸ। ਤੇ ਯਾਦ ਰੱਖੀਓ ਜਦੋਂ ਸਾਡੇ ਕੋਲ ਇੱਕ ਡਿਵੀਜ਼ਨ ਹੁੰਦੀ ਜਿਹ 'ਚ ਦੋ ਆਈਡੈਂਟੀਕਲ ਡੋਟਰ ਸੈੱਲਸ ਬਣਦੇ ਆ, ਆਈਡੈਂਟੀਕਲ ਮੀਨਸ ਬਿਲਕੁਲ ਇੱਕੋ ਜਿਹੇ, ਉਹਨਾਂ ਦਾ ਕੰਮ ਵੀ ਇੱਕੋ ਜਿਹਾ, ਤਾਂ ਉਹਨੂੰ ਉਸ ਡਿਵੀਜ਼ਨ ਨੂੰ ਅਸੀਂ ਕਹਿੰਦੇ ਮਾਈਟੋਸਿਸ। ਯਾਨੀ ਮਾਈਟੋਸਿਸ 'ਚ ਕਿੰਨੇ ਡੋਟਰ ਸੈੱਲ ਬਣਦੇ ਆ? ਦੋ। ਪਰ ਯਾਦ ਰੱਖਿਓ ਮਿਓਸਿਸ 'ਚ ਬਣਦੇ ਆ ਚਾਰ, ਮਾਈਟੋਸਿਸ 'ਚ ਬਣਦੇ ਆ ਦੋ, ਮਿਓਸਿਸ 'ਚ ਬਣਦੇ ਆ ਚਾਰ। ਇਹ ਚੀਜ਼ ਰੱਖਣੀ ਤੁਸੀਂ ਧਿਆਨ ਦੇ ਵਿੱਚ। ਠੀਕ ਹੈ ਜੀ, ਨੈਕਸਟ ਕੁਸ਼ਚਨ। ਮਿਓਸਿਸ ਅਕਰ ਇਨ ਲਾਈਫ ਸਾਈਕਲ, ਕਹਿੰਦੇ ਪੂਰੀ ਲਾਈਫ ਸਾਈਕਲ ਦੇ ਵਿੱਚ ਮਿਓਸਿਸ ਕਿੰਨੀ ਵਾਰੀ ਹੁੰਦੀ ਆ? ਤੇ ਯਾਦ ਰੱਖਣਾ ਜੀ ਮਿਓਸਿਸ ਹੁੰਦੀ ਆ ਸਾਡੇ ਕੋਲੋਂ, ਇੱਕ ਮਿੰਟ, ਮਿਓਸਿਸ ਹੁੰਦੀ ਜੀ ਸਾਡੇ ਕੋਲੋਂ ਇੱਕ ਵਾਰੀ, ਮਿਓਸਿਸ ਹੁੰਦੀ ਆ ਸਾਡੇ ਕੋਲੋਂ ਇੱਕ ਵਾਰੀ। ਠੀਕ ਆ, ਅਗਲੀ ਗੱਲ, ਨੈਕਸਟ ਕੁਸ਼ਚਨ, ਕਿ ਜਦੋਂ ਮਿਓਸਿਸ ਹੁੰਦੀ ਆ ਉਸ ਵੇਲੇ ਜੋ ਕ੍ਰੋਮੋਸੋਮਸ ਦੀ ਗਿਣਤੀ ਹੁੰਦੀ ਆ ਉਹ ਕਿੰਨੀ ਹੋ ਜਾਂਦੀ ਆ? ਡਬਲ ਹੁੰਦੀ ਆ, ਉਨੀ ਹੀ ਰਹਿੰਦੀ ਆ, ਚਾਰ ਗੁਣਾ ਹੋ ਜਾਂਦੀ ਆ ਜਾਂ ਅੱਧੀ ਹੋ ਜਾਂਦੀ ਹੈ? ਤਾਂ ਵੈਰੀ ਇੰਪੋਰਟੈਂਟ, ਯਾਦ ਰੱਖਿਓ ਮਿਓਸਿਸ ਦੇ ਵਿੱਚ ਕ੍ਰੋਮੋਸੋਮ ਦੀ ਗਿਣਤੀ ਹੋ ਜਾਂਦੀ ਹਾਫ। ਦੇਖੋ ਵੈਸੇ ਸਾਡੇ ਅੰਦਰ ਕਿੰਨੇ ਕ੍ਰੋਮੋਸੋਮਸ ਹੁੰਦੇ ਆ? 46, ਲੇਕਿਨ ਜਦੋਂ ਮਿਓਸਿਸ ਹੁੰਦੀ ਆ ਨਾ ਉਦੋਂ ਕ੍ਰੋਮੋਸੋਮ ਦੀ ਗਿਣਤੀ ਰਹਿ ਜਾਂਦੀ ਆ 23। ਇੱਥੇ ਨਾ 46 ਦੀ ਜਗ੍ਹਾ 23 ਪੇਅਰਸ ਵੀ ਆ ਸਕਦੇ, ਯਾਨੀ ਕਿ 23 ਜੋੜੇ ਵੀ ਆ ਸਕਦੇ ਆ, ਇੱਕੋ ਹੀ ਗੱਲ ਹੁੰਦਾ ਕਿਉਂਕਿ ਇੱਕ ਜੋੜੇ 'ਚ ਦੋ ਹੁੰਦੇ ਆ। ਠੀਕ ਆ, ਤਾਂ ਇਸ ਲਈ ਯਾਦ ਰੱਖਿਓ ਮਿਓਸਿਸ ਦੇ ਵਿੱਚ ਕ੍ਰੋਮੋਸੋਮ ਦੀ ਗਿਣਤੀ ਅੱਧੀ ਹੋ ਜਾਂਦੀ ਆ, ਲੇਕਿਨ ਅਗਰ ਇੱਥੇ ਮਿਓਸਿਸ ਦੀ ਜਗ੍ਹਾ ਮਾਈਟੋਸਿਸ ਲਿਖਿਆ ਹੁੰਦਾ ਤਾਂ ਆਂਸਰ ਆਉਣਾ ਸੀ ਮੇਨਟੇਨਡ, ਯਾਨੀ ਕਿ ਮਾਈਟੋਸਿਸ ਦੇ ਵਿੱਚ ਕ੍ਰੋਮੋਸੋਮ ਦੀ ਗਿਣਤੀ ਘਟਦੀ ਵੱਧਦੀ ਨਹੀਂ, ਬਰਾਬਰ ਰਹਿੰਦੀ ਆ, ਲੇਕਿਨ ਮਿਓਸਿਸ ਦੇ ਵਿੱਚ ਉਹ ਗਿਣਤੀ ਕੀ ਹੋ ਜਾਂਦੀ ਆ? ਹਾਫ ਹੋ ਜਾਂਦੀ ਆ। ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ। ਠੀਕ ਹੈ ਜੀ, ਨੈਕਸਟ ਕੁਸ਼ਚਨ। ਠੀਕ ਆ, ਨੈਕਸਟ, ਵਨ ਮਿਓਸਿਸ ਪ੍ਰੋਡਿਊਸਿਸ, ਇਹ ਆਪਾਂ ਹੁਣੇ ਕਰ ਚੁੱਕੇ ਆ ਕਿ ਇੱਕ ਮਿਓਸਿਸ ਨਾਲ ਕਿੰਨੇ ਡਾਟਰ ਸੈੱਲ ਹੁੰਦੇ ਆ? ਚਾਰ। ਮਾਈਟੋਸਿਸ ਦੇ ਨਾਲ ਕਿੰਨੇ ਹੁੰਦੇ ਆ ਜੀ? ਦੋ। ਠੀਕ ਹੈ, ਨੈਕਸਟ ਕੁਸ਼ਚਨ, ਵਟ ਕੈਨ ਬੀ ਓਬਜ਼ਰਵਡ ਇਨ ਅ ਟੈਂਪਰੇਰੀ ਅਮਾਊਂਟ ਆਫ ਚੀਕ ਸੈਲਸ। ਦੇਖੋ ਨਾ ਨੌਵੀਂ ਕਲਾਸ ਨਾ ਆਪਾਂ ਨੂੰ ਐਕਸਪੈਰੀਮੈਂਟ ਕਰਵਾਉਂਦੇ ਆ, ਸਾਡੇ ਗੱਲ ਦੇ ਅੰਦਰਲਾ ਪਾਸਾ ਜਿੱਥੇ ਜੀਭ ਟੱਚ ਹੁੰਦੀ ਆ ਉੱਥੋਂ ਨਾ ਸਕਿਨ ਥੋੜੀ ਜਿਹੀ ਲੈ ਲੈਂਦੇ ਆ ਤੇ ਉਹਦੇ ਉੱਤੇ ਸਟੇਨਿੰਗ ਕਰਦੇ, ਯਾਨੀ ਕਿ ਸੈਫਰਨਿਨ ਦੀ ਜਾਂ ਮਿਥਾਈਡਨ ਬਲੂ ਦੇ ਨਾ ਕਲਰ ਚੜਾਉਂਦੇ ਆ, ਤਾਂ ਉਹਦੇ ਵਿੱਚੋਂ ਜੋ ਗਲਾਸ ਦੇ ਉੱਤੇ ਰੱਖਦੇ ਨਾ, ਉਹ ਕੱਚ ਦੀ ਜੋ ਸਲੈਬ ਹੁੰਦੀ ਉੱਤੇ ਰੱਖਦੇ ਹੁੰਦੇ, ਤਾਂ ਸਾਨੂੰ ਉਹਦੇ ਵਿੱਚੋਂ ਕੀ ਨਜ਼ਰ ਆਉਂਦਾ ਆ? ਤਾਂ ਯਾਦ ਰੱਖਿਓ ਉਹ ਚ ਨਜ਼ਰ ਆਉਂਦੀ ਸੈੱਲ ਮੈਂਬਰੇਨ, ਸਾਈਟੋਪਲਾਜ਼ਮ ਤੇ ਨਿਊਕਲੀਅਸ। ਸੈੱਲ ਮੈਂਬਰੇਨ, ਸਾਈਟੋਪਲਾਜ਼ਮ ਤੇ ਨਿਊਕਲੀਅਸ, ਇਹ ਤਿੰਨ ਚੀਜ਼ਾਂ ਸਾਨੂੰ ਨਜ਼ਰ ਆਉਂਦੀਆਂ ਆ। ਇਹ ਚੀਜ਼ ਧਿਆਨ ਰੱਖਣੀ ਆ, ਇਹ ਇੰਪੋਰਟੈਂਟ ਕੁਸ਼ਚਨ ਆ, ਔਖਾ ਜ਼ਰੂਰ ਆ ਲੇਕਿਨ ਇੰਪੋਰਟੈਂਟ ਕੁਸ਼ਚਨ। ਠੀਕ ਹੈ ਜੀ, ਯਾਦ ਰੱਖ ਲਿਓ ਇਹਨੂੰ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਹਾਂਜੀ, ਨੈਕਸਟ ਕੁਸ਼ਚਨ ਹੈ ਜੀ ਸਾਡੇ ਕੋਲੋਂ, ਵਿਚ ਇਜ਼ ਐਬਸੈਂਟ ਇਨ ਚੀਕ ਸੈੱਲਸ। ਜੋ ਸਾਡੇ ਹੁਣ ਆਪਾਂ ਚੀਕ ਸੈੱਲ ਦੀ ਗੱਲ ਕੀਤੀ ਆ, ਚੀਕ ਸੈੱਲ ਦੇ ਵਿੱਚ ਕਿਹੜੀ ਚੀਜ਼ ਨਹੀਂ ਹੁੰਦੀ? ਤਾਂ ਯਾਦ ਰੱਖਿਓ ਚੀਕ ਸੈੱਲ 'ਚ ਨਾ ਸੈੱਲ ਵਾਲ ਨਹੀਂ ਹੁੰਦੀ। ਕਿਉਂ? ਕਿਉਂਕਿ ਸੈੱਲ ਵਾਲ ਸਿਰਫ ਕਿਹਦੇ ਵਿੱਚ ਹੁੰਦੀ ਆ? ਪਲਾਂਟ ਸੈੱਲ 'ਚ ਹੁੰਦੀ ਆ। ਸੈੱਲ ਵਾਲ ਸਿਰਫ ਤੇ ਸਿਰਫ ਹੁੰਦੀ ਆ ਪਲਾਂਟ ਸੈੱਲ ਦੇ ਵਿੱਚ, ਇਹ ਕਿਤੇ ਵੀ ਐਨੀਮਲ ਸੈੱਲ ਦੇ ਵਿੱਚ ਨਹੀਂ ਹੁੰਦੀ, ਸਾਡੇ ਅੰਦਰ ਵੀ ਨਹੀਂ ਹੁੰਦੀ। ਤਾਂ ਸੈੱਲ ਵਾਲ ਚੀਕ ਸੈੱਲ ਦੇ ਵਿੱਚ ਨਹੀਂ ਹੋ ਸਕਦੀ, ਇਹ ਇੰਪੋਰਟੈਂਟ ਗੱਲ ਆ। ਠੀਕ ਹੈ, ਈਜ਼ੀ ਕੁਸ਼ਚਨ ਆ ਇਹ। ਨੈਕਸਟ, ਚੀਕ ਸੈੱਲਸ ਆਰ, ਹੁਣ ਚੀਕ ਸੈੱਲਸ ਹੁੰਦੇ ਕਿੱਦਾਂ ਦੇ ਆ? ਦੇਖੋ ਤਿੰਨ ਕੁਸ਼ਚਨ ਹੋ ਗਏ ਚੀਕ ਸੈੱਲਸ ਦੇ, ਤੇ ਚੀਕ ਸੈੱਲ ਹੁੰਦੇ ਕਿੱਦਾਂ ਦੇ ਆ? ਤਾਂ ਇਹਦਾ ਤੁਸੀਂ ਯਾਦ ਰੱਖਣਾ ਆ ਫਲੈਟ, ਫਲੈਟ ਯਾਨੀ ਕਿ ਸਿੱਧੇ। ਪੋਲੀਗਨਲ ਸੈੱਲ ਦਾ ਮਤਲਬ ਹੁੰਦਾ ਆ ਇੱਕ ਤੋਂ ਜ਼ਿਆਦਾ ਸਾਈਡਸ ਵਾਲੇ। ਪੋਲੀਗਨ ਦਾ ਮਤਲਬ ਹੁੰਦਾ ਇੱਕ ਤੋਂ ਜ਼ਿਆਦਾ ਸਾਈਡ, ਜਿੱਦਾਂ ਕਿ ਏਦਾਂ ਵਾਲੇ ਕਹਿ ਲਓ, ਕੋਈ ਏਦਾਂ ਦੀ ਸ਼ੇਪ ਹੋ ਸਕਦੀ ਆ। ਠੀਕ ਆ, ਵਿਦਆਊਟ ਇੰਟਰਸੈਲਰ ਸਪੇਸਿਸ, ਯਾਨੀ ਕਿ ਇਹਨਾਂ ਵਿੱਚ ਜਗ੍ਹਾ ਨਹੀਂ ਹੁੰਦੀ, ਸੈੱਲ ਬਿਲਕੁਲ ਹੀ ਨਾਲ ਨਾਲ ਜੁੜੇ ਹੁੰਦੇ ਆ। ਜਿੱਦਾਂ ਦੀ ਵੀ ਸ਼ੇਪ ਹੋਊਗੀ ਨਾ ਸੈੱਲ ਕੀ ਹੋਣੇ? ਨਾਲ ਨਾਲ ਜੁੜੇ ਹੋਣੇ ਆ। ਪ੍ਰੋਮੀਨੈਂਟ ਨਿਊਕਲੀਅਸ, ਪ੍ਰੋਮੀਨੈਂਟ ਦਾ ਮਤਲਬ ਆ ਕਿ ਏਦਾਂ ਦਾ ਨਿਊਕਲੀਅਸ ਜੋ ਕਿ ਪ੍ਰੋਪਰਲੀ ਨਜ਼ਰ ਆ ਰਿਹਾ ਆ, ਤਾਂ ਪ੍ਰੋਮੀਨੈਂਟ ਨਿਊਕਲੀਅਸ ਹੁੰਦਾ ਜੋ ਕਿ ਸਾਨੂੰ ਪ੍ਰੋਪਰਲੀ ਦਿਖਦਾ ਕਿ ਹਾਂ ਇਹ ਨਿਊਕਲੀਅਸ ਪ੍ਰੈਜੈਂਟ ਆ। ਤਾਂ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਡੀ। ਬਸ ਟਾਈਮ ਨਹੀਂ ਵੇਸਟ ਕਰਨਾ ਜ਼ਿਆਦਾ, ਆਪਾਂ ਸਿੱਧਾ ਸਿੱਧਾ ਜਿਹਦੀ ਲੋੜ ਆ ਉਹਦੇ ਆਪਾਂ ਆਂਸਰ ਹੀ ਕਰਦੇ ਹਾਂ। ਠੀਕ ਹੈ, ਅਗਲਾ, ਵਿਚ ਆਫ ਦੀਜ ਇਜ਼ ਨੋਟ ਅ ਫੰਕਸ਼ਨ ਆਫ ਰਾਈਬੋਸੋਮ। ਰਾਈਬੋਸੋਮ ਦਾ ਇਹਨਾਂ ਵਿੱਚੋਂ ਕਿਹੜਾ ਕੰਮ ਨਹੀਂ ਹੈ? ਕਹਿੰਦੇ ਕੀ ਇਹ ਪ੍ਰੋਟੀਨ ਬਣਾਉਣ ਦੇ ਵਿੱਚ ਕੰਮ ਕਰਦਾ ਆ? ਇਹ ਹੈਗਾ ਆ ਜੀ, ਇਹ ਪ੍ਰੋਟੀਨ ਬਣਾਉਣ 'ਚ ਕੰਮ ਕਰਦਾ ਆ। ਕੀ ਇਹ ਐਨਜ਼ਾਈਮ ਬਣਾਉਣ ਦੇ ਵਿੱਚ ਵੀ ਕੰਮ ਕਰਦਾ ਆ? ਇਹ ਬਿਲਕੁਲ ਕਰਦਾ ਜੀ ਐਨਜ਼ਾਈਮ ਬਣਾਉਣ 'ਚ ਕੰਮ। ਕੀ ਇਹ
हारमोनस बनाने च हेल्प करता नहीं, की ये स्टार्च मोलीक्यूल बनाने हेल्प करता नहीं। ਤਾਂ ਇਹ ਚੋ ਮਤਲਬ ਥਰਡ ਤੇ ਫੋਰਥ ਆਪਸ਼ਨ ਸਾਡੇ ਹਿਸਾਬ ਨਾਲ ਹੋ ਗਿਆ ਨਾ ਆਨਸਰ ਹਿਸਾਬ ਨਾਲ ਕਿ ਇਹ ਚੋ ਕਿਹੜਾ ਕੰਮ ਨਹੀਂ ਆ, ਤਾਂ ਥਰਡ ਐਂਡ ਫੋਰਥ ਆਪਸ਼ਨ ਹੈਗਾ ਬਿਲਕੁਲ ਹੈਗਾ ਜੀ ਆਪਸ਼ਨ ਨੰਬਰ ਸੀ। ਸੋ ਇਹਦਾ ਹੈ ਜੀ ਸਾਡੇ ਕੋਲੋਂ ਆਪਸ਼ਨ ਨੰਬਰ ਸੀ, ਯਾਨੀ ਕਿ ਨਾ ਤਾਂ ਇਹ ਹਾਰਮੋਨਸ ਬਣਾਉਣ 'ਚ ਕੰਮ ਕਰਦਾ ਤੇ ਨਾ ਹੀ ਮੈਨੂੰ ਨਾ ਹੀ ਇਹ ਸਟਾਰਚ ਮੋਲੀਕਿਊਲ ਬਣਾਉਣ 'ਚ ਕੰਮ ਕਰਦਾ। ਠੀਕ ਹੈ ਜੀ, ਅਗਲਾ ਵਿਚ ਆਫ ਦਿਸ ਇਜ਼ ਨੋਟ ਰਿਲੇਟਿਡ ਟੂ ਐਂਡੋਪਲਾਜ਼ਮਿਕ ਰੈਟੀਕੁਲਮ। ਕਹਿੰਦੇ ਜੋ ਥੱਲੇ ਚਾਰ ਪੁਆਇੰਟ ਲਿਖੇ ਹੋਏ ਆ ਇਹਨਾਂ ਵਿੱਚੋਂ ਕਿਹੜਾ ਐਂਡੋਪਲਾਜ਼ਮਿਕ ਰੈਟੀਕੁਲਮ ਦੇ ਨਾਲ ਰਿਲੇਟ ਨਹੀਂ ਕਰਦਾ। ਠੀਕ ਹੈ ਜੀ, ਤਾਂ ਕਹਿੰਦੇ ਜੋ ਐਂਡੋਪਲਾਜ਼ਮਿਕ ਰੈਟੀਕੁਲਮ ਆ ਇਹ ਪ੍ਰੋਟੀਨ ਨੂੰ ਭੇਜਦਾ ਆ, ਮਤਲਬ ਪ੍ਰੋਟੀਨ ਦੇ ਟਰਾਂਸਪੋਰਟ ਦੇ ਵਿੱਚ ਹੈਲਪ ਕਰਦਾ ਆ ਨਿਊਕਲੀਅਸ ਤੇ ਸਾਈਟੋਪਲਾਜ਼ਮ, ਯਾਨੀ ਕਿ ਨਿਊਕਲੀਅਸ ਆ ਨਿਊਕਲੀਅਸ ਆ ਆ ਸੈੱਲ ਹੁੰਦਾ ਆ ਨਾ ਪੂਰਾ, ਨਿਊਕਲੀਅਸ ਦੇ ਬਾਹਰ ਸਾਈਟੋਪਲਾਜ਼ਮ ਹੁੰਦਾ ਆ ਪੂਰਾ ਜੋ ਲਿਕੁਇਡ ਟਾਈਪ ਹੁੰਦਾ, ਇਹ ਨਿਊਕਲੀਅਸ ਤੇ ਸਾਈਟੋਪਲਾਜ਼ਮ ਦੇ ਵਿੱਚ ਪ੍ਰੋਟੀਨ ਨੂੰ ਟ੍ਰਾਂਸਫਰ ਕਰਦਾ ਆ। ਤੇ ਯਾਦ ਰੱਖਿਓ ਜੀ ਇਹ ਬਿਲਕੁਲ ਕਰਦਾ ਆ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਆ ਜੋ ਸੈੱਲ ਆ, ਜੋ ਸੈੱਲ ਦਾ ਲਿਕੁਇਡ ਹੁੰਦਾ ਨਾ ਉਹਨੂੰ ਅਸੀਂ ਸਾਈਟੋਪਲਾਜ਼ਮ ਕਹਿ ਦਿੰਦੇ ਹਾਂ, ਤੇ ਜੋ ਨਿਊਕਲੀਅਸ ਆ ਨਿਊਕਲੀਅਸ ਦੇ ਜੋ ਅੰਦਰ ਲਿਕੁਇਡ ਹੁੰਦਾ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਆ, ਨਿਊਕਲੀਅਸ ਦੇ ਅੰਦਰ ਜੋ ਲਿਕੁਇਡ ਆ ਉਹਨੂੰ ਅਸੀਂ ਨਾਮ ਦਿੰਦੇ ਹਾਂ ਨਿਊਕਲੀਓਪਲਾਜ਼ਮ। ਠੀਕ ਆ, ਤੇ ਜੋ ਸੈੱਲ ਦੇ ਅੰਦਰ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਤੁਹਾਡੇ ਲਈ ਇੱਕ ਹੋਮਵਰਕ ਆ, ਠੀਕ ਆ, ਤੁਸੀਂ ਦੇਖਣਾ ਆ ਕਿ ਪ੍ਰੋਟੋਪਲਾਜ਼ਮ ਕਿਹਨੂੰ ਕਹਿੰਦੇ ਆ। ਠੀਕ ਆ, ਪ੍ਰੋਟੋਪਲਾਜ਼ਮ ਕਿਹਨੂੰ ਕਹਿੰਦੇ ਆ, ਇਹ ਤੁਹਾਡਾ ਹੋਮਵਰਕ। ਠੀਕ ਆ, ਇਹ ਧਿਆਨ ਰੱਖਣਾ। ਅਗਲਾ ਕੁਐਸਚਨ, ਸੋਰੀ ਅਗਲੀ ਗੱਲ, ਕਹਿੰਦੇ ਇਹ ਟਰਾਂਸਪੋਰਟ ਕਰਦਾ ਮਟੀਰੀਅਲ ਨੂੰ ਸਾਈਟੋਪਲਾਜ਼ਮ ਦੇ ਅੰਦਰ ਵੱਖਰੇ ਵੱਖਰੇ ਰੀਜਨ ਦੇ ਵਿੱਚ। ਬਿਲਕੁਲ ਠੀਕ ਆ, ਕਿ ਸਾਈਟੋਪਲਾਜ਼ਮ ਦੇ ਵਿੱਚ ਜੋ ਵੱਖਰੇ ਵੱਖਰੇ ਰੀਜਨ ਹੁੰਦੇ ਨਾ ਵੱਖਰੀ ਵੱਖਰੀ ਜਗ੍ਹਾ ਹੁੰਦੀ ਆ ਇਹ ਉਹਦੇ ਵਿੱਚ ਟਰਾਂਸਪੋਰਟ ਕਰਦਾ ਆ। ਬਿਲਕੁਲ ਠੀਕ ਆ, ਕਹਿੰਦੇ ਇਹ ਐਨਰਜੀ ਜਨਰੇਟ ਕਰ ਸਕਦਾ ਆ ਕਿ ਇਸ ਜਗ੍ਹਾ ਤੇ ਐਂਡੋਪਲਾਜ਼ਮਿਕ ਰੈਟੀਕੁਲਮ ਦੇ ਵਿੱਚ ਐਨਰਜੀ ਜਨਰੇਟ ਹੋ ਸਕਦੀ ਆ, ਨਹੀਂ ਜੀ ਇਹ ਨਹੀਂ ਹੋ ਸਕਦੀ। ਤੇ ਨੈਕਸਟ ਕੀ ਆ ਕਿ ਇਹਦੇ ਵਿੱਚ ਸੈੱਲ ਦੀਆਂ ਕੁਝ ਐਕਟੀਵਿਟੀਜ਼ ਹੋ ਸਕਦੀਆਂ। ਦੇਖੋ ਸੈੱਲ ਦੀਆਂ ਐਕਟੀਵਿਟੀਜ਼ ਆਲਮੋਸਟ ਹਰ ਪਾਰਟ 'ਚ ਹੁੰਦੀਆਂ, ਇਹਦੇ ਵਿੱਚ ਵੀ ਹੋ ਸਕਦੀਆਂ। ਸੋ ਸਹੀ ਆਪਸ਼ਨ ਕੀ, ਆਪਸ਼ਨ ਨੰਬਰ 3, ਯਾਨੀ ਕਿ ਇਹਦੇ ਵਿੱਚ ਐਨਰਜੀ ਜਨਰੇਟ ਨਹੀਂ ਹੁੰਦੀ। ਮੇਨਲੀ ਜੋ ਪਾਵਰ ਹਾਊਸ ਆਫ ਦਾ ਸੈੱਲ ਆ ਉਹ ਕੀ ਹੁੰਦਾ, ਉਹ ਹੁੰਦਾ ਜੀ ਮਾਈਟੋਕੋਂਡਰੀਆ। ਠੀਕ ਆ, ਮਾਈਟੋਕੋਂਡਰੀਆ। ਤੇ ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਜੋ ਮਾਈਟੋਕੋਂਡਰੀਆ ਵਿੱਚ ਐਨਰਜੀ ਜਨਰੇਟ ਹੁੰਦੀ ਆ ਨਾ ਉਹ ਹੁੰਦੀ ਆ ਇਨ ਦਾ ਫਾਰਮ ਆਫ ਏਟੀਪੀ। ਏਟੀਪੀ ਮੀਨਸ ਐਡੀਨੋਸੀਨ ਟ੍ਰਾਈ ਫੋਸਫੇਟ। ਠੀਕ ਹੈ ਜੀ, ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਸੋ ਮੈਂ ਇੱਕ ਵਾਰੀ ਕਹਿ ਦਿੰਦਾ, ਵੀਡੀਓ ਵਧੀਆ ਲੱਗ ਰਹੀ ਤੇ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਫਰੈਂਡਸ ਨਾਲ ਸ਼ੇਅਰ ਵੀ ਕਰ ਦਿਓ। ਲਓ ਜੀ, ਪਲਾਜ਼ਮੋਲਿਸਿਸ ਆਪਾਂ ਤੁਹਾਨੂੰ ਦੱਸ ਆਏ ਆ। ਪਲਾਜ਼ਮੋਲਿਸਿਸ ਕੀ ਆ? ਪਲਾਜ਼ਮੋਲਿਸਿਸ ਮੀਨਸ ਸਾਈਟੋਪਲਾਜ਼ਮ ਜੋ ਸ਼੍ਰਿੰਕ ਹੋ ਜਾਂਦਾ ਆ ਹਾਈਪਰਟੋਨਿਕ ਮੀਡੀਅਮ ਦੇ ਵਿੱਚ। ਉੱਥੇ ਮੈਂ ਕਿਹਾ ਸੀ ਕਿ ਸੈੱਲ ਸ਼੍ਰਿੰਕ ਹੋ ਜਾਂਦਾ ਆ ਜੋ ਕਿ ਬੇਸਿਕ ਪ੍ਰੋਸੈਸ ਆ, ਕਿਉਂਕਿ ਅੱਗੇ ਕੁਐਸਚਨ ਸੀਗਾ ਤਾਂ ਹੁਣ ਸਿੱਖ ਲਓ। ਕਿਉਂਕਿ ਹਾਈਪਰਟੋਨਿਕ ਮੀਡੀਅਮ ਦਾ ਮਤਲਬ ਕੀ ਆ ਕਿ ਸੈੱਲ ਦੇ ਅੰਦਰ ਪਾਣੀ ਜ਼ਿਆਦਾ ਐਜ਼ ਕੰਪੇਅਰ ਟੂ ਸੈੱਲ ਦੇ ਬਾਹਰ, ਯਾਨੀ ਕਿ ਜੋ ਸੈੱਲ ਦੇ ਬਾਹਰ ਮੀਡੀਅਮ ਉਹ ਚ ਪਾਣੀ ਘੱਟ ਆ, ਤੇ ਮੂਵਮੈਂਟ ਆਫ ਵਾਟਰ ਹੁੰਦੀ ਅੰਦਰੋਂ ਬਾਹਰ, ਜਿਸ ਕਰਕੇ ਸੈੱਲ ਦੇ ਅੰਦਰ ਜੋ ਸਾਈਟੋਪਲਾਜ਼ਮਾ ਜੋ ਸੈੱਲ ਦਾ ਲਿਕੁਇਡ ਆ ਉਹ ਸੁੰਗੜ ਜਾਂਦਾ ਹੈ। ਠੀਕ ਹੈ, ਮੇਨ ਗੱਲ ਇਹ ਆ ਕਿ ਸੈੱਲ ਦਾ ਲਿਕੁਇਡ ਸੁੰਗੜ ਜਾਂਦਾ, ਜਿਸ ਕਰਕੇ ਸੈੱਲ ਵੀ ਸੁੰਗੜ ਜਾਂਦਾ ਆ। ਸੈੱਲ ਹੋ ਜਾਂਦਾ ਸ਼੍ਰਿੰਕ ਕਿਹੜੇ ਮੀਡੀਅਮ ਦੇ ਵਿੱਚ? ਹਾਈਪਰਟੋਨਿਕ ਮੀਡੀਅਮ। ਯਾਨੀ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ। ਠੀਕ ਹੈ ਜੀ, ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਫੰਕਸ਼ਨ ਆਫ ਵੈਕਿਊਲ। ਇਹਨਾਂ ਵਿੱਚੋਂ ਵੈਕਿਊਲ ਦਾ ਕਿਹੜਾ ਕੰਮ ਨਹੀਂ? ਠੀਕ ਹੈ ਜੀ, ਤਾਂ ਵੈਕਿਊਲ ਦਾ ਕਿਹੜਾ ਕੰਮ ਨਹੀਂ ਹੈ? ਦੇਖੋ ਵੈਕਿਊਲ ਦਾ ਮੇਨ ਕੰਮ ਤਾਂ ਹੈਗਾ ਸਟੋਰੇਜ। ਇਹ ਤਾਂ ਵੈਕਿਊਲ ਦਾ ਕੰਮ ਹੈਗਾ ਕਿ ਇਹਨੇ ਸਟੋਰੇਜ ਕਰਨੀ ਆ। ਇਹਨੇ ਅਗਰ ਸਟੋਰ ਕਰਨਾ ਵਾ ਤੇ ਇਹਨੇ ਗੰਦਗੀ ਵੀ ਓਬਵੀਅਸਲੀ ਬਾਹਰ ਕੱਢਣੀ ਆ, ਯਾਨੀ ਕਿ ਵੇਸਟ ਐਕਸਕ੍ਰੀਸ਼ਨ ਵੀ ਕਰੂਗਾ। ਪ੍ਰੋਵਾਈਡਿੰਗ ਟਰਜਿਡਿਟੀ ਐਂਡ ਰਿਜਿਡਿਟੀ ਟੂ ਦਾ ਸੈੱਲ। ਟਰਜਿਡਿਟੀ ਦਾ ਮਤਲਬ ਹੁੰਦਾ ਕਿ ਇਹ ਥੋੜਾ ਜਿਹਾ ਸੈੱਲ ਨੂੰ ਫੁੱਲਣ ਚ ਮਦਦ ਕਰਦਾ ਆ, ਸੈੱਲ ਫੁੱਲ ਸਕਦਾ। ਦੇਖੋ ਜਦੋਂ ਕੋਈ ਨਾ ਆਪਾਂ ਵੀ ਜਦੋਂ ਰੋਟੀ ਖਾਂਦੇ ਆ ਤਾਂ ਸਾਡਾ ਪੇਟ ਥੋੜਾ ਜਿਹਾ ਫੁੱਲ ਜਾਂਦਾ ਆ, ਇਹਦੀ ਜਦੋਂ ਵੈਕਿਊਲ ਚੀਜ਼ ਨੂੰ ਸਟੋਰ ਕਰੂਗਾ ਉਹ ਥੋੜਾ ਜਿਹਾ ਤਾਂ ਫੁੱਲੂਗਾ ਹੀ, ਯਾਨੀ ਉਹਦਾ ਕੰਮ ਆ। ਰਿਜਿਡਿਟੀ ਮੀਨਸ ਉਹਨੂੰ ਬ੍ਰੇਕ ਨਹੀਂ ਹੋਣ ਦਿੰਦਾ, ਟੁੱਟਣ ਨਹੀਂ ਦਿੰਦਾ। ਜਿੱਦਾਂ ਆਪਾਂ ਨੂੰ ਪਤਾ ਆ ਕਿ ਕੋਈ ਜੋ ਟਾਹਣੀ ਹੁੰਦੀ ਆ ਉਹ ਛੇਤੀ ਨਹੀਂ ਬ੍ਰੇਕ ਹੁੰਦੀ, ਆਪਾਂ ਨੂੰ ਜ਼ੋਰ ਲਾਉਣਾ ਪੈਂਦਾ ਆ, ਕਿਉਂ? ਉਹ ਇਹਦਾ ਮਤਲਬ ਹੁੰਦਾ ਰਿਜਿਡਿਟੀ। ਤਾਂ ਤਿੰਨੋਂ ਤਾਂ ਕੰਮ ਹੈਗੇ ਆ, ਕਿਹੜਾ ਕੰਮ ਨਹੀਂ ਹੈਗਾ? ਉਹ ਹੈ ਜੀ ਲੋਕੋਮੋਸ਼ਨ। ਲੋਕੋਮੋਸ਼ਨ ਦਾ ਮਤਲਬ ਹੁੰਦਾ ਜੀ ਮੂਵਮੈਂਟ। ਠੀਕ ਆ, ਲੋਕੋਮੋਸ਼ਨ ਦਾ ਮਤਲਬ ਹੁੰਦਾ ਮੂਵਮੈਂਟ। ਇਹ ਚੀਜ਼ ਧਿਆਨ ਰੱਖਣੀ, ਇਹਦਾ ਕੰਮ ਨਹੀਂ। ਅਗਲਾ ਸਵਾਲ, ਵੈਰੀ 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 ਇੰਪੋਰਟੈਂਟ, ਅਮੀਬਾ ਆਪਣਾ ਫੂਡ ਖਾਂਦਾ ਆ। ਠੀਕ ਆ, ਅਮੀਬਾ ਆਪਣਾ ਫੂਡ ਖਾਂਦਾ ਆ, ਉਹਦੀ ਪ੍ਰੋਸੈਸ ਨੂੰ ਕਹਿੰਦੇ ਆ ਜੀ ਐਂਡੋਸਾਈਟੋਸਿਸ। ਐਂਡੋ ਦਾ ਮਤਲਬ ਦੱਸਿਆ ਸੀ ਅੰਦਰ ਖਿੱਚਣਾ ਆਪਣੇ ਵੱਲ। ਠੀਕ ਆ, ਐਗਜ਼ੋ ਦਾ ਮਤਲਬ ਹੁੰਦਾ ਬਾਹਰ ਕੱਢਣਾ, ਯਾਨੀ ਇਹ ਗਲਤ ਹੋ ਗਿਆ। ਪਲਾਜ਼ਮੋਲਿਸਿਸ ਦਾ ਮਤਲਬ ਹੁੰਦਾ ਸ਼੍ਰਿੰਕੇਜ, ਯਾਨੀ ਕਿ ਗਲਤ ਹੋ ਗਿਆ। ਐਂਡੋ ਦਾ ਮਤਲਬ ਹੁੰਦਾ ਅੰਦਰ ਖਿੱਚਣਾ, ਯਾਨੀ ਉਹ ਤਾਂ ਫੁੱਲੂਗਾ ਹਨਾ, ਤਾਂ ਪਲਾਜ਼ਮੋਲਿਸਿਸ ਵੀ ਨਹੀਂ ਹੋ ਸਕਦਾ।
ਤੇ ਕਿਉਂਕਿ ਐਗਜ਼ੋਸਾਈਟੋਸਿਸ ਨਹੀਂ ਹੋ ਸਕਦਾ ਇਸ ਕਰਕੇ ਬੋਥ ਵਾਲਾ ਆਨਸਰ ਵੀ ਗਲਤ ਆ ਸਹੀ ਆਪਸ਼ਨ ਹੈ ਆਪਸ਼ਨ ਨੰਬਰ ਬੀ ਲਾਸਟ ਕੁਐਸਚਨ ਅੱਜ ਦਾ ਵਿਚ ਵਾਲ ਆਫ ਸੈਲ ਵਾਲ ਆਫ ਵਿਚ ਵਨ ਆਫ ਦੀਸ ਇਜ਼ ਨਾਟ ਮੇਡ ਆਫ ਸੈਲੂਲੋਸ ਦੇਖੋ ਜੋ ਸੈਲ ਵਾਲ ਆ ਨਾ ਪਲਾਂਟਸ ਦੀ ਮੇਨਲੀ ਉਹ ਕਾਹਦੀ ਬਣੀ ਹੁੰਦੀ ਆ ਸੈਲੂਲੋਸ ਦੀ ਬਣੀ ਹੁੰਦੀ ਆ ਠੀਕ ਆ ਹੁਣ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਏਦਾਂ ਦੀ ਚੀਜ਼ ਆ ਜਿਹਦੀ ਜੋ ਸੈਲ ਕੰਧ ਆ ਜਾਂ ਸੈਲ ਵਾਲ ਆ ਉਹ ਸੈਲੂਲੋਸ ਦੀ ਨਹੀਂ ਬਣੀ ਹੋਈ ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਜੀ ਬੈਕਟੀਰੀਆ ਇਹਨਾਂ ਵਿੱਚੋਂ ਬੈਕਟੀਰੀਆ ਦੀ ਜੋ ਸੈਲ ਵਾਲ ਹੈ ਉਹ ਸੈਲੂਲੋਸ ਦੀ ਨਹੀਂ ਬਣੀ ਹੋਈ ਤਾਂ ਇਹ ਕੁਐਸਚਨ ਇੰਪੋਰਟੈਂਟ ਸੀ ਇੱਕ ਵੀਡੀਓ ਇਹਦੀ ਹੋਰ ਆਏਗੀ ਜਿਹਦੇ ਨਾਲ ਸਾਡਾ ਸੈਲ ਚੈਪਟਰ ਹੈ ਉਹ ਵਿਦ ਐਮਸੀਕਿਊ ਡਿਟੇਲ ਦੇ ਵਿੱਚ ਖਤਮ ਹੋ ਜਾਏਗਾ ਕਿਉਂਕਿ ਆਪਾਂ ਨਾਲ ਨਾਲ ਡਿਸਕਸ ਵੀ ਕਰ ਰਹੇ ਹਾਂ ਸੋ ਅਗਰ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਰੈਂਡਸ ਦੇ ਨਾਲ ਵੀ ਸ਼ੇਅਰ ਕਰ ਦਿਓ ਜਿਹੜੇ ਵੀ 5994 ਦੀ ਤਿਆਰੀ ਕਰ ਰਹੇ ਤੇ ਸਾਇੰਸ ਦੀ ਤਿਆਰੀ ਲਈ ਉਹਨਾਂ ਦੀ ਮਦਦ ਕਰ ਰਹੇਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ